ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ। ਹੋਰ ਸਭ ਹੀ ਖਰੀਅਤ ਹੈ? ਅੱਲਾਹ ਤੰਦਰੁਸਤੀ ਦੇ, ਸਾਰਿਆਂ ਭਰਾਵਾਂ ਨੂੰ ਖੁਸ਼ ਰੱਖੇ, ਔਰ ਪੰਜ ਵਕਤ ਨਮਾਜ਼ ਪੜ੍ਹਨੇ ਤੌਫੀਕ ਤਾ ਫਰਮਾਏ, ਆਮੀਨ। ਲਓ ਜੀ, ਮਾਸ਼ਾਅੱਲਾ, ਅਸੀਂ ਅੱਜ ਹੋਰ ਤਰਫ ਸੈਰ ਕਰਨ ਵਾਸਤੇ ਆ ਗਏ ਹਾਂ, ਨਮਾਜ਼ ਪੜ੍ਹ ਕੇ ਫਜਰ ਦੀ, ਅਤੇ ਸੈਰ ਕਰਨ ਵਾਸਤੇ ਆ ਗਏ ਹਾਂ। ਜੀ, ਅੱਜ ਸਾਡੀ ਸੈਰ ਟਿੱਡੀ ਮੋੜ ਵੱਲ ਨੂੰ ਹੈ। ਅਤੇ ਇਹ ਦੇਖੋ ਜੀ, ਇਹ ਕਬਰਸਤਾਨ ਦੀ ਜਗ੍ਹਾ ਸਾਡੀ ਮਸਿਆਲ ਦੀ। ਲਓ ਜੀ, ਇਹ ਟਿੱਬੀ ਦੀ ਜਗ੍ਹਾ ਸੀ ਪਈ ਦੀ, ਚਾਰ ਪੰਜ ਛੇ ਕਨਾਲਾਂ, ਅਤੇ ਇਹ ਮਸਜਿਦ ਦੀ ਕਰਕੇ ਨਾ, ਟਿੱਬੀ ਦੀ ਕਰਕੇ, ਅਤੇ ਠੇਕੇ 'ਤੇ ਦਿੱਤੀ ਸੀ ਬਾਬੇ ਸਦੀਕ ਨੂੰ ਮਸਿਆਲ, ਕਿ ਇੱਥੇ ਤੂੰ ਫਸਾ ਰਾਇਆ ਕਰ ਅਤੇ ਠੇਕਾ ਦੇ ਕਰ। ਉਹਨੇ ਆਖਿਆ ਠੀਕ ਆ ਜੀ। ਇੱਥੇ ਲੱਗੇ ਦਾ ਸੀ ਇਹ ਚਿੜੀ ਛਿਕ, ਉਹ ਖੇਡਣ ਵਾਲਾ ਫੁੱਟਬਾਲ, ਖੜਕੜੇ ਦੇ ਲੋਕਾਂ ਲਾਇਆ ਸੀ ਫੁੱਟਬਾਲ, ਅਤੇ ਪਰੇ ਬੱਚੇ ਕ੍ਰਿਕਟ ਖੇਡਦੇ ਸਨ। ਹੁਣ ਅੱਲਾ ਜਾਣੇ ਇਹ ਖੜਕੜੇ ਦੇ ਲੋਕ ਸਪਰੇਅ ਕਰਦੇ ਪਏ ਨੇ ਜਾਂ ਮਸਿਆਲ ਦੇ ਸਪਰੇਅ ਕਰਦੇ ਪਏ ਨੇ। ਜਦੋਂ ਫਸਲ ਜਵਾਨ ਹੁੰਦੀ ਹੈ ਅਤੇ ਉਦੋਂ ਵੀ ਸਪਰੇਅ ਕਰ ਛੱਡਦੇ ਨੇ। ਇਹ ਦੇਖਿਓ, ਉਹਨੇ ਬਹੁਤੀ ਸਪਰੇਅ ਕਰ ਛੱਡੀ ਦੀ ਹੈ, ਕਿਤੇ ਕਿਤੇ ਹਰੀ ਫਸਲ ਆ। ਜਦੋਂ ਐਡੀ ਐਡੀ ਫਸਲ ਹੁੰਦੀ ਹੈ ਨਾ, ਸਪਰੇਅ ਕਰ ਛੱਡਦੇ ਨੇ। ਅਤੇ ਇੱਕ ਵਾਰੀ ਨਹੀਂ ਕੀਤੀ ਜੀ, ਇਹ ਪੰਜ ਛੇ ਵਾਰੀ, ਜਿੰਨੇ ਵਾਰੀ ਫਸਲ ਆਈ ਹੈ ਨਾ, ਜਦੋਂ ਜਵਾਨ ਹੁੰਦੀ ਹੈ, ਮਕਈ, ਜਵਾਰ, ਬਾਜਰਾ, ਅਤੇ ਸਪਰੇਅ ਕਰ ਛੱਡਦੇ ਨੇ ਜੀ। ਬਸ ਇਹ ਦੇਖ ਲਓ, ਜ਼ੁਲਮ ਹੈ ਨਾ, ਉਹ ਇਨਸਾਨ 'ਤੇ ਨਹੀਂ ਨਾ ਜਿਹੜਾ ਇਹ ਕੰਮ ਕਰਦਾ, ਕਿ ਡੰਗਰਾਂ ਦੀ ਫਸਲ ਹੈ ਪੱਠੇ ਖਾਣੇ ਵਾਲੇ, ਅਤੇ ਉਹਨੂੰ ਸਪਰੇਅ ਕਰ ਛੱਡਦੇ। ਠੇਕੇ 'ਤੇ ਦਿੱਤੀ ਸੀ ਕਿ ਚਲੋ ਪਈ ਦੀ ਆ, ਅਤੇ ਚਾਰ ਪੈਸੇ ਆਉਣਗੇ ਕਬਰਸਤਾਨ ਦੇ ਜਾਂ ਮਸਜਿਦ 'ਚ, ਅਤੇ ਥੋੜ੍ਹੀ ਆ ਦੇਖ ਲਓ।
ਦੇਖ ਲਓ ਜੀ, ਇਹ ਕਿਸੇ ਨੇ ਉਹਨੇ ਸਪਰੇਅ ਕਰ ਛੱਡੀ ਆ, ਫਿਰ ਤੀਸਰੀ ਚੌਥੀ ਵਾਰੀ ਆ ਜਦੋਂ ਵੀ ਫਸਲ ਜਵਾਨ ਹੁੰਦਾ ਉਦੋਂ ਵੀ ਸਪਰੇਅ ਕਰ ਛੱਡਦੇ ਨੇ। ਹੁਣ ਇਹ ਨਹੀਂ ਪਤਾ ਕੌਣ ਕਰਦਾ, ਜੇ ਪਤਾ ਹੋਇਆ ਤਾਂ ਫਿਰ ਤਾਂ ਗੱਲ ਮੁੱਕ ਗਈ। ਚਲੋ ਅੱਲਾ ਉਹਨਾਂ ਨੂੰ ਸਿੱਧੀ ਮੱਤ ਪਾਏ। ਸਾਡੀ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਦੁਆ ਖੈਰ ਕਰੋ ਕਿ ਅੱਲਾ ਉਹਨੂੰ ਮੱਤ ਪਾਏ ਜਿਹੜਾ ਸਪਰੇਅ ਕਰਦਾ, ਕਿਉਂਕਿ ਮੁਸਲਮਾਨ ਇੰਝ ਦਾ ਨੁਕਸਾਨ ਨਹੀਂ ਕਰ ਸਕਦਾ। ਅੱਲਾ ਹਾਫਿਜ਼।